ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਜੀ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ, ਚੜ੍ਹਦੀ ਕਲਾ 'ਚ ਰੱਖਣ ਜੀ ਸਵਾਗਤ ਕਰਦੀ ਹੈ ਤੁਹਾਡਾ ਪੰਜਾਬੀ ਵਰਡ ਫੈਮਿਲੀ ਵਿੱਚ। ਲਓ ਜੀ, ਮਾਰਨਿੰਗ ਦਾ ਟਾਈਮ ਆ, ਮੈਂ ਬਣਾਉਣ ਲੱਗੀ ਹੋਈ ਸੀ ਇੱਥੇ ਰੋਟੀ, ਕਿਉਂਕਿ ਫਿਰ ਮੇਰਾ ਰਾਣੀ ਭੈਣ ਨੂੰ ਕਿਹਾ ਹੋਇਆ ਸੀ ਵੀ ਮੇਰੇ ਨਾਲ ਸਰੋਂ ਦੇ ਤੇਲ ਦੀ ਕਹਾਣੀ ਕਰਾ ਜੀ। ਫਿਰ ਉਹ ਆਉਣ ਵਾਲੀ ਉਹ ਸੀਗੀ, 10:30 ਤੱਕ ਉਹ ਆ ਗਈ ਸੀਗੀ। ਮੈਂ ਕਿਹਾ ਪਹਿਲਾਂ ਮੈਂ ਆਪਣੇ ਹੋਰ ਸਾਰੇ ਕੰਮ ਮੁਕਾ ਲਏ ਸੀ ਉਹਦੇ ਆਉਣ ਤੋਂ ਪਹਿਲਾਂ, ਇੱਧਰ ਝਾੜੂ ਪੋਚਾ ਰੋਟੀ ਟੁੱਕ ਸਾਰਾ ਕੰਮ। ਅਤੇ ਬਾਕੀ ਇੱਕ ਭੈਣ, ਕਈ ਭੈਣਾਂ ਨੇ ਮੈਸੇਜ ਕੀਤਾ ਸੀ ਕੱਲ੍ਹ, ਮੈਂ ਵੋਇਸ ਓਵਰ 'ਚ ਸ਼ਾਇਦ, ਹੈ ਨਾ, ਸ਼ਾਇਦ ਕੀ ਪੱਕਾ ਹੀ ਵੀ ਜੀਰੀ ਬੋਲ ਗਈ, ਕਣਕ ਦੀ ਜਗ੍ਹਾ ਬੋਲਣਿਆ ਕਣਕ ਸੀ, ਬੋਲ ਗਈ ਜੀਰੀ। ਥੈਂਕ ਯੂ ਭੈਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਹੈ ਨਾ, ਵੀ ਤੁਸੀਂ ਮੇਰੀ ਵੀਡੀਓ ਇੰਨੇ ਧਿਆਨ ਨਾਲ ਸਾਰੇ ਸੁਣਦੇ ਹੋ ਅਤੇ ਮੇਰੀ ਮਿਸਟੇਕ ਨੂੰ ਫੜਿਆ, ਇਹਦੇ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਜੀ, ਥੈਂਕ ਯੂ ਸੋ ਮਚ ਜੀ। ਅਤੇ ਲਓ ਜੀ, ਇੱਥੇ ਆਪਾਂ ਲੱਗ ਗਏ ਸੀ ਅਸੀਂ ਕਹਾਣੀ ਕਰਨ। ਇੱਕ ਸ਼ਾਲ ਨਹੀਂ ਸਾਡੇ ਕੋਲ, ਇੱਕੋ ਸੀਗੀ, ਇੱਕ ਮੈਂ ਮੰਮੀ ਨੂੰ ਗੁਆਂਢ 'ਚੋਂ ਆਪਣੇ ਇੱਥੇ ਲੈਣ ਭੇਜਿਆ ਹੋਇਆ ਸੀ। ਮੈਂ ਕਿਹਾ ਮੰਮੀ ਇੱਕ ਹੋਰ ਲਿਆ ਦਿਓ, ਕਿਉਂਕਿ ਉਹ ਵੱਡਾ ਸ਼ਾਲ ਨਾ ਸੀ ਜਿਹੜਾ, ਉਹਦੇ ਨਾਲ ਬਾਹਰ ਨਿਕਲੀ ਜਾਂਦੀ ਸੀ। ਹਰ ਵਕਤ ਲਾਉਣੀਆਂ ਪੈਣੀਆਂ ਨੇ, ਉਹ ਤਾਂ ਜੇ ਲਵਾਉਣੀਆਂ ਨੇ, ਜਿਵੇਂ ਕੋਈ ਹੋਰ ਸੂਈ ਧਾਗੇ ਦਾ ਕੰਮ ਕਰਨਾ। ਸੱਚੀ ਗੱਲ ਦੱਸਾਂ, ਹੁਣ ਮੈਂ ਜਿਵੇਂ ਆਹ ਉੱਠੀ ਆ, ਉੱਠ ਕੇ ਨਾ ਮੈਨੂੰ ਦਿਖਾਉਣ ਲੱਗ ਗਿਆ, ਨਹੀਂ ਲਵਾ ਲਾ ਨਾਲੇ, ਹੁਣੇ ਕਿਹੜੀ ਉਮਰ ਆ ਲਓ ਜੀ, ਕਹਾਣੀ ਅਸੀਂ ਕਰ ਲਈ ਅਤੇ ਮੰਮੀ ਨੇ ਸਾਡੇ ਕੋਲੇ ਬਹਿ ਕੇ ਕੱਟ ਲਏ ਪਿਆਜ਼, ਕਹਿੰਦੀ ਸਬਜ਼ੀ ਦੇ ਪਿਆਜ਼ ਮੈਂ ਕੱਟ ਦੇਣੀ ਵੀ, ਕੋਲੇ ਤਾਂ ਬੈਠਣਾ ਹੀ ਆ, ਕਹਿੰਦੀ ਬਾਹਰ ਹਵਾ 'ਚ ਇਹ ਵੀ ਕੱਟ ਦਵਾਂ। ਮੈਂ ਕਿਹਾ ਚਲੋ ਠੀਕ ਆ ਮੰਮੀ। ਅਤੇ ਉਸ ਤੋਂ ਬਾਅਦ ਰਾਣੀ ਕਹਿੰਦੀ ਭੈਣੇ ਗੋਹਾ ਪਿਆ ਥੋੜ੍ਹਾ ਜਿਹਾ, ਇਹ ਪੱਥ ਜਾਂਦੀ ਹਾਂ। ਮੈਂ ਕਿਹਾ ਪੱਥੂ ਮੈਂ ਵੀ, ਇਕੱਠਾ ਕਰ ਜਾ, ਬੇਸ਼ੱਕ ਜੇ ਤੇਰਾ ਦਿਲ ਕਰਦਾ ਹੈ ਵੀ ਇੱਥੇ ਕਰਦੇ ਇਕੱਠਾ, ਬੈਠੇ ਬੈਠੇ ਪੱਥ ਮੈਂ ਦਿੰਦੀ ਹਾਂ। ਮੈਂ ਕਿਹਾ ਮੇਰਾ ਦਿਲ ਕਰਦਾ ਉਹ, ਕਹਿੰਦੀ ਨਹੀਂ ਭੈਣੇ ਤੂੰ ਆਪਣਾ ਕੰਮ ਹੋਰ ਕਰ ਲੈ ਜਿਹੜਾ ਕਰਨਾ। ਮੈਂ ਕਿਹਾ ਨਹੀਂ ਰਾਣੀ, ਕੰਮ ਬੇਸ਼ੱਕ ਲੇਟ ਹੋ ਜਾਵੇ ਪਰ ਇਹ ਕੰਮ ਮੈਂ ਹੀ ਕਰਨਾ। ਮੈਂ ਕਿਹਾ ਮੈਨੂੰ ਸੋਹਣਾ ਲੱਗਦਾ ਹੈ, ਮੈਨੂੰ ਬਹੁਤ ਸੋਹਣਾ ਲੱਗਦਾ ਜੀ ਗੋਹਾ ਪੱਥਣਾ, ਹੈ ਨਾ। ਕਈ ਭੈਣਾਂ ਤਾਂ ਕਹਿਣਗੇ ਵੀ ਤੁਸੀਂ ਸੋਹਣਾ ਕੀ ਆ, ਪਰ ਪਤਾ ਨਹੀਂ ਕਿਉਂ ਮੈਨੂੰ ਪਹਿਲਾਂ ਤੋਂ ਹੀ ਸੋਹਣਾ ਲੱਗਦਾ, ਹੈ ਨਾ। ਮੈਂ ਪੇਕੇ ਅੱਗੇ ਮੈਨੂੰ ਇਹ ਹੁੰਦਾ ਸੀਗਾ, ਮੈਂ ਹੁਣ ਪੇਕੇ ਘਰ ਜਾ ਕੇ ਪੱਥ ਦਿੰਦੀ ਸੀ, ਮੈਂ ਉਹਨਾਂ ਨੂੰ ਕਹਿੰਦੀ ਸੀ ਮੈਨੂੰ ਦੇ ਦਿਓ ਪੱਥਣ ਨੂੰ, ਮੈਨੂੰ ਬੜਾ ਹੀ ਪਿਆਰਾ ਲੱਗਦਾ, ਹੈ ਨਾ। ਅਤੇ ਲਓ ਜੀ, ਇੱਥੇ ਆਪਾਂ ਕਰ ਦਾਂਗੇ ਜਿਹੜੀਆਂ 5-7 ਸੀਗੀਆਂ ਪਾਥੀਆਂ, ਥੋੜ੍ਹਾ ਹੀ ਸੀਗਾ, ਜ਼ਿਆਦਾ ਤਾਂ ਹੈ ਨਹੀਂ ਸੀ ਕਿਉਂਕਿ ਹੁਣ ਗਾਂ ਤਾਂ ਇੱਕ ਕੱਟੀ ਹੋਈ ਹੈ, ਜ਼ਿਆਦਾ ਤਾਂ ਡੰਗਰ ਤੁਹਾਨੂੰ ਪਤਾ ਮੱਝ ਚਲੇ ਗਈ,
ਗਾਂ ਦਾ ਵੀ ਗੋਹਾ ਕਿੰਨਾ ਕੁ ਹੁੰਦਾ ਹੈ ਹੈ ਨਾ, ਇਹ ਪੱਥ ਕੇ ਮੈਂ ਕਿਹਾ ਫੇਰ ਕਰਨ ਲੱਗਦੀ ਹੈ ਜਿਹੜਾ ਕੋਈ ਹੋਰ ਕੰਮ ਕਰਨਾ। ਫਿਰ ਮੈਂ ਕਰਨ ਲੱਗਣਾ ਸੀ ਗਮਲਿਆਂ ਦਾ ਕੰਮ ਜੀ। ਹਾਂਜੀ, ਉਹ ਮਿੱਟੀ ਮੰਗਾ ਕੇ ਸ਼ਾਮ ਦੀ ਕੱਲ੍ਹ ਦੀ ਰੱਖੀ ਹੋਈ ਸੀਗੀ, ਉਹ ਕੰਮ ਕਰਨ ਲੱਗਣਾ ਸੀ। ਅਤੇ ਲਓ ਜੀ, ਗੋਹਾ ਆਪਾਂ ਜਿਹੜਾ 5-7 ਸੀਗੀਆਂ ਪਾਥੀਆਂ ਕਰਤੀਆਂ, ਅਤੇ ਉਸ ਤੋਂ ਬਾਅਦ ਹੱਥ ਧੋ ਲਏ, ਅਤੇ ਨਾਲ ਦੀ ਨਾਲ ਆਪਾਂ ਨੌਹਾਂ ਦੇ ਵਿੱਚੋਂ ਕੱਢ ਲਾਂਗੇ ਗੋਹਾ, ਕਿਉਂਕਿ ਜਿਹੜੇ ਮੇਰੇ ਨੌਹ ਵਧਾਏ ਹੋਏ ਨੇ ਫਿਰ ਇਹ ਪ੍ਰੋਬਲਮ ਆਉਂਦੀ ਹੈ ਵੀ ਉਹਦੇ ਵਿੱਚ ਕੂੜਾ ਫਸ ਜਾਂਦਾ ਜੀ। ਅਤੇ ਲਓ ਜੀ, ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਮਿੱਟੀ ਨੂੰ ਇਹਦੇ ਵਿੱਚੋਂ ਕੱਢਣ। ਆਪਾਂ ਥੈਲੇ 'ਚ ਕੱਲ੍ਹ ਡੈਡੀ ਤੋਂ ਸਕੂਟਰ 'ਤੇ ਮੰਗਾ ਲਈ ਸੀਗੀ, ਅਤੇ ਇਹ ਕਾਫੀ ਗਿੱਲੀ ਕਰਕੇ ਨਾ ਭਾਰੀ ਸੀ, ਨਾ ਤਾਂ ਇਹ ਮੇਰੇ ਤੋਂ ਚੱਕ ਹੋਇਆ ਸੀ ਇਕੱਲੀ ਤੋਂ। ਮੈਂ ਮੰਮੀ ਅਤੇ ਡੈਡੀ ਨੂੰ ਇੱਥੇ ਹਾਕਾ ਮਾਰਦੀ ਸੀ, ਮੈਂ ਕਿਹਾ ਡੈਡੀ ਇਹਨੂੰ ਢੇਰੀ ਕਰ ਦਿਉ ਵੀ ਫਿਰ ਮੈਂ ਇਹਦੇ ਵਿੱਚ ਪਾ ਦਿੰਦੀ ਹਾਂ ਬੈਠੀ ਬੈਠੀ ਇੱਥੇ। ਅਤੇ ਇੱਕ ਇਹਦੇ ਵਿੱਚ ਨਾ ਮਿੱਟੀ ਦੇ ਵਿੱਚ ਡੱਕੇ ਅਤੇ ਕਾਫੀ ਜ਼ਿਆਦਾ ਡੱਕੇ ਡੁੱਕੇ ਜਿਹੇ ਸੀਗੇ, ਹਾਂ ਜੜ੍ਹਾਂ ਜਿਹੀਆਂ ਹੁੰਦੀਆਂ ਜਿਵੇਂ ਕਿਸੇ ਚੀਜ਼ ਦੀਆਂ ਹੈ ਨਾ, ਉਹ ਵੀ ਮੰਮੀ ਨੂੰ ਹੱਸਦੀ ਸੀ। ਮੈਂ ਕਿਹਾ ਮੰਮੀ ਇੱਕਣੀ ਪੈਣਾ ਹੈਗਾ ਇਹ, ਵੀ ਇਹਨੂੰ ਪਹਿਲਾਂ ਚੁਗਣੀ ਪੈਣੀ ਆ ਵੀ ਟਾਈਮ ਲੱਗੂਗਾ, ਵੀ ਇਹ ਨਹੀਂ ਹੈਗਾ। ਪਹਿਲਾਂ ਮੈਂ ਹੱਸਦੀ ਸੀ, ਮੈਂ ਕਿਹਾ 6 ਗਮਲਿਆਂ 'ਚ ਇੰਨੀ ਕੁ ਮਿੱਟੀ ਸਰ ਜੂ, ਪਰ ਸਰ ਗਈ ਸੀਗੀ ਜੀ ਬਿਲਕੁਲ, ਕਾਫੀ ਸੀਗੀ, ਥੋੜ੍ਹੀ ਜਿਹੀ ਬਚ ਵੀ ਗਈ ਸੀ। ਉਹ ਇਹ ਸੀ, ਸਾਨੂੰ ਅਸੀਂ ਤਾਂ ਜ਼ਿਆਦਾ ਭਰੇ ਨਹੀਂ ਸੀ, ਮੈਂ ਕਿਹਾ ਜਿਉਂ ਜਿਉਂ ਪਾਣੀ ਪਈ ਜਾਊਗਾ ਨਾ, ਜਿਉਂ ਜਿਉਂ ਨੀਚੇ ਨੂੰ ਮਿੱਟੀ ਜਾਈ ਜਾਊਗੀ, ਵੀ ਜਿਉਂ ਜਿਉਂ ਆਪਾਂ ਫੇਰ ਪਾ ਲਾਂਗੇ ਮੰਮੀ, ਉਹ ਮੈਂ ਕੱਚੀ ਜਗ੍ਹਾ 'ਤੇ ਚੱਕ ਕੇ ਸਿੱਟ ਲਈ ਸੀਗੀ। ਅਤੇ ਲਓ ਜੀ, ਇੱਥੇ ਮੰਮੀ ਬਿਠਾ ਲਈ ਸੀ ਮੈਂ ਆਪਣੇ ਕੋਲ, ਮੰਮੀ ਨੂੰ ਮੈਂ ਲਾਤਾ ਸੀਗਾ ਵਿੱਚੋਂ ਡੱਕਾ ਜਿਹੜਾ ਚੁਗਣ। ਥੋੜਾ ਜਿਹਾ ਥੈਲਿਆਂ ਦੇ ਥੈਲਿਆਂ ਦੀਆਂ
ਮੰਮੀ ਨੇ ਤਾਂ ਮਿੱਟੀ ਦੀ ਪੰਜੀਰੀ ਬਣਾ ਤੀ ਤੇ ਫਿਰ ਹੁਣ ਧੱਕੇ ਚੁੱਲਣੀ ਨਹੀਂ ਸੀ ਰੀਤ ਨਾ ਉਹ ਕਰਤੀ ਮੈਂ ਤਾਂ ਮੋਟੀ ਮੋਟੀ ਕਰੀ ਆ ਕਰਤਾ ਖਾਏ ਮੰਮੀ ਫਾਹਾ ਵੱਟ ਤਾਂ ਕੋਈ ਨਹੀਂ ਦਿੱਤਾ ਹੈਗਾ ਆ ਉੱਤੇ ਉੱਤੇ ਪਾ ਦਾਂਗੇ ਸੋਹਣੀ ਸੋਹਣੀ ਥੱਲੇ ਥੱਲੇ ਆਉਂਦੀ ਪਾਤੀ ਆਇਆ ਕੰਮ ਕਰਕੇ ਮੇਰੇ ਗਾਣਾ ਪੈਂਦਾ ਬਰੀਕ ਬਰੀਕ ਜੇ ਪੱਤੇ ਨੇ ਜੀ ਬਹੁਤ ਸੋਹਣਾ ਹੈ ਹੁਣ ਇਹਨਾਂ ਨੂੰ ਰੱਖਣ ਦੀ ਮੈਨੂੰ ਟੈਨਸ਼ਨ ਆ ਵੀ ਰੱਖਾਂਗੇ ਪਹਿਲਾਂ ਲਿਆਉਣ ਵੀ ਸੀ ਹੁਣ ਰੱਖਣ ਦੀ ਚੂਕੜੀ ਮਿੱਟੀ ਚ ਮੈਨੂੰ ਵੀ ਆਹ ਬੂਟੇ ਆਏ ਲੈ ਹਾਂ ਜਮਾ ਚੂਕੜੀ ਆ ਇੱਥੇ ਲੱਗੇ ਹੋਏ ਨੇ ਮੰਮੀ ਦੇ ਹੋਰ ਪੈਂਦੇ ਨੇ ਵੀ ਬੂਟਾ ਨਾ ਤੋੜ ਦੇ ਆ ਲਓ ਬਾਬਾ ਜੀ ਤੋੜ ਦੇ ਲਓ ਜੀ ਇੱਥੇ ਸਾਰੇ ਗਮਲਿਆਂ ਵਿੱਚ ਮੈਂ ਲਾਤੇ ਸੀਗੇ ਬੂਟੇ ਲਾ ਕੇ ਪਲਾਂਟ ਹੈ ਨਾ ਅਤੇ ਵਿੱਚ ਉੱਪਰ 'ਚ ਮੈਂ ਹੋਰ ਮਿੱਟੀ ਕਾਫੀ ਪਾਤੀ ਸੀ ਪਲਾਂਟ ਮੈਂ ਲਾ ਤਾਂ ਦਿੱਤੇ ਸੀ ਪਰ ਮੈਨੂੰ ਕਿਸੇ ਵੀ ਪਲਾਂਟ ਦਾ ਨਾਮ ਨਹੀਂ ਸੀ ਪਤਾ ਜੀ ਕਿਹੜਾ ਪਲਾਂਟ ਕਿਹੜਾ ਹੈ ਕੀ ਨਾਂ ਆ ਕਿਉਂਕਿ ਦੇਖੋ ਜੀ ਕਈ ਭੈਣਾਂ ਨੂੰ ਤਾਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ ਮੈਨੂੰ ਸ਼ੌਂਕ ਤਾਂ ਹੈ ਪਰ ਮੈਂ ਜ਼ਿਆਦਾ ਗਮਲੇ ਰੱਖੇ ਨਹੀਂ ਸੋ ਤੁਸੀਂ ਦੇਖਿਆ ਹੀ ਹੈ ਇੰਨਾ ਜੀ ਠੀਕ ਠੀਕ ਆ ਜਾਂ ਮੈਂ ਤੁਹਾਨੂੰ ਐਂ ਵੀ ਨਹੀਂ ਕਹਿ ਸਕਦੀ ਬਹੁਤ ਜ਼ਿਆਦਾ ਸ਼ੌਂਕ ਆ ਐਂ ਵੀ ਨਹੀਂ ਕਹਿ ਸਕਦੀ ਘੱਟ ਆ ਵੀ ਲਾ ਲਏ ਸੀਗੇ ਮੈਂ ਚੌਅ ਨਾਲ ਹੈ ਨਾ ਮੈਨੂੰ ਹੁਣ ਲੱਗਦਾ ਵੀ ਇਹ ਚੀਜ਼ਾਂ ਵਧੀਆ ਲੱਗਦੀਆਂ ਹੁੰਦੀਆਂ ਨੇ ਹਰਿਆਲੀ ਨਾਲੇ ਨਾਲੇ ਘਰ ਦੀ ਆਪਣੀ ਸਜਾਵਟ ਹੋ ਜਾਂਦੀ ਹੈ ਸੋਹਣਾ ਲੱਗਦਾ ਹੈ ਕੋਸ਼ਿਸ਼ ਕਰੂੰਗੀ ਵੀ ਹੋਰ ਵੀ ਵੱਧ ਰੱਖ ਸਕਾਂ ਲੈ ਕੇ ਪਰ ਜੇ ਕਿਸੇ ਭੈਣ ਨੂੰ ਨਾਂ ਪਤਾ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਹੈ ਨਾ ਵੀ ਕਿਹੜਾ ਕਿਹਦਾ ਕੀ ਨਾਂ ਆ ਮੈਨੂੰ ਕੋਈ ਪਤਾ ਨਹੀਂ ਹੈ ਕਈ ਭੈਣਾਂ ਦੇ ਤਾਂ ਮੈਂ ਦੇਖਿਆ ਬਹੁਤ ਜ਼ਿਆਦਾ ਰੱਖੇ ਹੁੰਦੇ ਨੇ ਜੀ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਉਹਨਾਂ ਨੂੰ ਹੈ ਨਾ ਅਤੇ ਲਓ ਜੀ ਬੂਟੇ ਲਾਉਣ ਤੋਂ ਬਾਅਦ ਮੈਂ ਮੰਮੀ ਨੂੰ ਕਹਿਤਾ ਸੀ ਮੈਂ ਕਿਹਾ ਲਿਆ ਹੁਣ ਆਪਾਂ ਗਮਲੇ ਵੀ ਆਲੇ ਦੁਆਲੇ ਇੱਥੇ ਟਿਕਾ ਦਈਏ ਕਿਉਂਕਿ ਕਈ ਭੈਣਾਂ ਨੇ ਕਿਹਾ ਹੋਇਆ ਸੀਗਾ ਵੀ ਤੁਸੀਂ ਇਹਦੇ ਆਲੇ ਦੁਆਲੇ ਗਾਰਡਨ ਜੇ ਇਹਦੇ ਆਲੇ ਦੁਆਲੇ ਹੈ ਨਾ ਰੱਖਿਆ ਕਰੋ ਅਤੇ ਢੋਲ ਹਜੇ ਆਪਣਾ ਉੱਦਾਂ ਹੀ ਪਿਆ ਹੈ ਜੀ ਤੁਹਾਨੂੰ ਦੱਸਿਆ ਸੀ ਵੀ ਇਹ ਗਾਰ ਬਾਹਰ ਕੱਢਿਆ ਹੋਇਆ ਇਹ ਹੁਣ ਕਣਕ ਆਈ ਤੇ ਹੀ ਅੰਦਰ ਹੋਣਾ ਇਹਨੇ ਹਜੇ ਉਨੇ ਦਿਨ ਇੱਥੇ ਰਲੀ ਜਾਣਾ ਹੈ ਅਤੇ ਅਸੀਂ ਚੱਕ ਕੇ ਨਾਲ ਦੀ ਨਾਲ ਸਾਰੇ ਹੁਣ ਰੱਖ ਦਾਂਗੇ ਇੱਥੇ ਆਲੇ ਦੁਆਲੇ ਇਹਦੇ ਜਿਹੜੀ ਛੋਟੀ ਜਿਹੀ ਆਹ ਬਣਾਇਆ ਹੋਇਆ ਆਪਣਾ ਗਾਰਡਨ ਜਿਹਾ ਇਹਦੇ ਆਲੇ ਦੁਆਲੇ ਟਿਕਾ ਦਾਂਗੇ ਸਾਰੇ ਗਮਲੇ ਚੱਕ ਕੇ ਲਾ ਕੇ ਅਤੇ ਉਸ ਤੋਂ ਬਾਅਦ ਜੀ ਜਿਹੜਾ ਕੂੜਾ ਸੀਗਾ ਇਹ ਵੀ ਆਪਾਂ ਸਮੇਟ ਲਵਾਂਗੇ ਜਿਹੜੀ ਮਿੱਟੀ ਸੀਗੀ ਉਹ ਤਾਂ ਮੈਂ ਐਕਸਟਰਾ ਉਹ ਕੱਚੇ ਥਾਂ ਸੱਟਤੀ ਸੀਗੀ ਚੱਕ ਕੇ ਮੈਂ ਕਿਹਾ ਜਿਵੇਂ ਜਿਵੇਂ ਗਮਲੇ 'ਚ ਪਾਣੀ ਪੈ ਕੇ ਵੀ ਹੋ ਸਕਦਾ ਉਹ ਨੀਵਾਂ ਹੋ ਗਿਆ ਨਾ ਵੀ ਤਾਂ ਆਪਾਂ ਹੋਰ ਉਹਦੇ ਵਿੱਚ ਮਿੱਟੀ ਪਾਉਂਦੇ ਰਹਾਂਗੇ ਅਤੇ ਇੱਕ ਆ ਫਲਾਵਰ ਦਾ ਬੂਟਾ ਰਹਿ ਗਿਆ ਸੀ ਕਿਉਂਕਿ ਗਮਲਾ ਸੀਗਾ ਘੱਟ 6 ਬੂਟੇ ਨਾ ਬੂਟੇ 7 ਸੀਗੇ ਲਿਆਂਦੇ ਆਪਾਂ ਪਲਾਂਟ ਅਤੇ ਗਮਲੇ ਆਪਣੇ ਕੋਲ 6 ਸੀਗੇ ਹੈ ਨਾ ਨਿਊ ਫਿਰ ਮੈਂ ਇਹ ਪੁਰਾਣੇ ਦੇ ਵਿੱਚ ਇੱਕ 'ਚ ਹੈ ਨਾ ਮਿੱਟੀ ਕੱਢ ਕੇ ਉਹਦੇ ਵਿੱਚ ਲਾਤਾ ਸੀਗਾ ਐਨ ਚੰਗੀ ਤਰ੍ਹਾਂ ਇਹ ਵੀ ਆਪਾਂ ਲਾਤਾ ਸੀਗਾ ਅਤੇ ਆ ਜਿਹੜਾ ਸੀਗੀ ਐਕਸਟਰਾ ਕੂੜਾ ਕੜਾ ਜੜਾਂ ਜੁੜਾਂ ਜੀ ਨਿਕਲੀਆਂ ਹੈ ਨਾ ਜਾਂ ਜੋ ਵੀ ਕੂੜਾ ਸੀਗਾ ਉਹ ਵੀ ਮੈਂ ਇਕੱਠਾ ਕਰਕੇ ਨਾਲ ਦੀ ਨਾਲ ਆਪਾਂ ਸੁੰਬਰ ਦਾਂਗੇ ਇੱਥੋਂ ਕਰ ਦਾਂਗੇ ਸਾਫ਼
ਮੈਨੂੰ ਇਹ ਸੀ ਮੈਂ ਕਿਹਾ ਵੀ ਫਿਰ ਮੈਂ ਨਹਾ ਧੋ ਲਵਾਂ ਆਪਣਾ ਕੰਮ ਮੁਕਾ ਲਵਾਂ ਅਤੇ ਪਰ ਇੰਨਾ ਸੋਹਣਾ ਲੱਗਣ ਲੱਗ ਗਿਆ ਸੀਗਾ ਜੀ, ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਸੀ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਸੋਹਣਾ ਲੱਗਿਆ, ਕਿਵੇਂ ਲੱਗਿਆ ਤੁਹਾਨੂੰ। ਗਮਲਿਆਂ 'ਚ ਪੌਦੇ ਆਪਾਂ ਲਾ ਤੇ ਸਾਰਿਆਂ 'ਚ, ਅਤੇ ਪਹਿਲਾਂ ਰਾਣੀ ਭੈਣ ਕਰਾ ਕੇ ਗਈ ਆ ਮੇਰੇ ਨਾਲ ਕਹਾਣੀ, ਸਰੋਂ ਦੀ ਕਹਾਣੀ ਕਰਨ ਨੂੰ ਕਈ ਦਿਨ ਦੇ ਘੋਲ ਜਿਹੇ ਕਰੀ ਜਾਂਦੇ ਸੀ, ਬਸ ਕਿਹੜੇ ਕੰਮ ਦੀ ਜਿਹੜਾ ਪਤਾ ਵੀ ਘੋਲ ਹੋ ਜਾਵੇ ਨਾ, ਫਿਰ ਘੋਲੇ ਹੋ ਜਾਂਦੇ ਕਿੰਨੇ ਦਿਨ। ਹੁਣ ਸਰੋਂ ਦਾ ਤੇਲ ਬਿਲਕੁਲ ਹੀ ਮੁੱਕ ਗਿਆ। ਅੱਜ ਮੈਂ ਸਬਜ਼ੀ ਨੂੰ ਤੜਕਾ ਰਾਤ ਉਹਦੇ ਵਿੱਚ ਲਾਇਆ ਦੇਸੀ ਘਿਓ 'ਚ, ਤਾਂ ਕਰਕੇ ਅੱਜ ਉਹ ਕਰਾਈ। ਅਤੇ ਫਿਰ ਉਦੋਂ ਬਾਅਦ ਥੋੜ੍ਹਾ ਜਿਹਾ ਗੋਹਾ ਪਿਆ ਸੀ, ਮੈਂ ਕਿਹਾ ਉਹ ਵੀ ਇਕੱਠਾ ਕਰ ਦਿਓ। ਕਹਿੰਦੀ ਸੀ ਭੈਣੇ ਤੂੰ ਨਾ ਹੱਥ ਲਵੇੜ, ਮੈਂ ਪੱਥ ਦੇਣੀ। ਮੈਂ ਕਿਹਾ ਨਹੀਂ ਮੇਰਾ ਜੀ ਕਰਦਾ, ਮੈਂ ਪੱਥਦੀ ਹਾਂ। ਅਤੇ ਹੁਣ ਲਾਏ ਨੇ ਜੀ ਗਮਲਿਆਂ 'ਚ ਆਪਾਂ ਪੌਦੇ ਲਾ ਤੇ, ਡੈਡੀ ਜੀ ਤੋਂ ਮਿੱਟੀ ਮੰਗਾ ਕੇ ਕੱਲ੍ਹ ਸ਼ਾਮ ਨੂੰ ਰੱਖ ਲਈ ਸੀ, ਲਾਏ ਆਪਾਂ ਹੁਣ, ਠੀਕ ਆ। ਅਤੇ ਮੰਮੀ ਪਾਣੀ ਪਾ ਰਹੇ ਨੇ, ਮੈਂ ਕਿਹਾ ਮੰਮੀ ਤੁਸੀਂ ਪਾ ਦਿਓ ਜਿੰਨੇ ਦਿਨਾਂ 'ਚ ਪਾਣੀ ਪਾਉਣਾ ਹੈ ਨਾ। ਅਤੇ ਬੈਕ ਕੈਮਰੇ ਨਾਲ ਤੁਹਾਨੂੰ ਮੈਂ ਦਿਖਾਉਂਦੀ ਹਾਂ ਵੀ ਕਿਵੇਂ ਲੱਗਦੇ ਨੇ ਅਤੇ ਕਿੱਥੇ ਕਿੱਥੇ ਰੱਖੇ ਨੇ। ਹਜੇ ਤਾਂ ਬਹੁਤ ਸੋਹਣੇ ਲੱਗਦੇ ਨੇ, ਪਰ ਮੈਨੂੰ ਇਹ ਆ ਵੀ ਧੁੱਪ 'ਚ ਮੁਰਝਾ ਨਾ ਜਾਣ, ਹੈ ਨਾ। ਧੁੱਪ ਚਲੋ ਪਾਣੀ ਪਾ ਦਿਆ ਕਰਾਂਗੇ ਆਪਾਂ ਸਵੇਰੇ ਅਤੇ ਸ਼ਾਮ ਦੋਏ ਟਾਈਮ ਦੇਖ ਕੇ ਜਿਵੇਂ ਵੀ ਹੋਊ ਪਾਣੀ ਪਾ ਦਿਆ ਕਰੂੰਗੀ। ਅਤੇ ਹੋਰ ਮੈਂ ਭਾਈ ਨੂੰ ਕਿਹਾ ਸੀ ਜੇ ਇਹੋ ਜਿਹੇ ਲਿਆਉਂਦੇ ਉਹਨਾਂ ਨੇ ਹੋਰ, ਹੈ ਨਾ, ਇਹੀ ਡਿਜ਼ਾਇਨ ਦੇ ਤਾਂ ਆਪਾਂ ਹੋਰ ਲੈ ਲਾਂਗੇ ਪੰਜ ਚਾਰ, ਦੇਖਦੇ ਹਾਂ ਜਿਵੇਂ ਵੀ ਹੋਊਗਾ। ਹਜੇ ਲਿਆ ਕੇ ਰੱਖ ਲਏ ਅਤੇ ਦਿਖਾਉਂਦੀ ਹਾਂ ਹੁਣ ਤੁਹਾਨੂੰ ਬੈਕ ਕੈਮਰੇ ਨਾਲ ਵੀ ਕਿਵੇਂ ਲੱਗਦੇ ਨੇ। ਆਹ ਦੇਖੋ ਜੀ, ਜਿਵੇਂ ਆਪਾਂ ਬਾੜੀ ਜੀ ਦੇ ਆਲੇ ਦੁਆਲੇ ਹੀ ਰੱਖਤੇ। ਕਈ ਭੈਣਾਂ ਜਿਵੇਂ ਮੈਨੂੰ ਪਹਿਲਾਂ ਕਹਿੰਦੀਆਂ ਹੁੰਦੀਆਂ ਸੀ ਬਾੜੀ ਦੇ ਆਲੇ ਦੁਆਲੇ, ਹੈ ਨਾ, ਗਮਲੇ ਟਿਕਾ ਲਓ, ਤਿੰਨ ਇੱਧਰ ਰੱਖ ਲਏ ਮੈਂ ਆਹ ਸਾਈਡ 'ਤੇ ਮੂਹਰਲੇ ਪਾਸੇ, ਅਤੇ ਤਿੰਨ ਰੱਖਤੇ ਪਰਲੀ ਸਾਈਡ 'ਤੇ। ਆਹ ਦੇਖੋ, ਆਹ ਹੈਗੇ ਨੇ ਜਿਹੜੇ ਆਲੇ ਦੁਆਲੇ ਨੇ ਦੋਨੇ, ਉਹ ਤਾਂ ਹੈਗੇ ਨੇ ਜੀ ਜਿਹੜੇ ਸਦਾ ਬਹਾਰ ਪੌਦੇ ਹੁੰਦੇ ਨੇ ਉਹ, ਅਤੇ ਜਿਹੜਾ ਸੈਂਟਰ 'ਚ ਆ ਇਹ ਹੈਗਾ ਫੁੱਲਾਂ ਵਾਲਾ। ਅਤੇ ਆਹ ਰੱਖਤੇ ਤਿੰਨ ਇੱਧਰ ਜਿਹੜੇ ਪੁਰਾਣੇ ਆਪਣੇ ਪਹਿਲਾਂ ਸੀਗੇ ਹੀ ਪਏ, ਹੈ ਨਾ। ਅਤੇ ਇੱਧਰ ਤਿੰਨ ਆਹ ਰੱਖਤੇ ਆਪਾਂ, ਦੇਖੋ ਆਹ ਆਪਣਾ ਧਣੀ ਪਤੀਨਾ ਨਿਕਲਿਆ ਆ ਵਿੱਚੋਂ ਦੁਬਾਰਾ। ਧਨੀਆ ਤਾਂ ਪੱਟਤਾ ਸੀ ਮੈਂ, ਦੋ ਕੁ ਬੂਝੇ ਬਸ ਚਟਨੀ 'ਚ ਪਾਉਣ ਨੂੰ ਮੈਂ ਰੱਖ ਲਏ ਸੀ। ਮੈਂ ਕਿਹਾ ਜੇ ਕਈ ਵਾਰ ਪਤੀਨੇ ਅਤੇ ਚਟਨੀ ਇਕੱਠੀ ਖਾਣੀ ਦੇ ਧਨੀਏ ਦੀ, ਹੈ ਨਾ। ਅਤੇ ਇੱਧਰ ਦੇਖੋ ਤਿੰਨ ਆਹ ਰੱਖ ਲਏ, ਉਹ ਅੰਦਰਲੀ ਸਾਈਡ ਰੱਖਤਾ। ਮੈਂ ਕਿਹਾ ਜੇ ਇੱਧਰਲੀ ਸਾਈਡ ਰੱਖਦੀ ਸੀ ਉਹਨੂੰ, ਫਿਰ ਵਿੱਚ ਜਿਵੇਂ ਨਿੰਘਦੇ ਹਾਂ ਆਪਾਂ ਇੱਧਰ ਨੂੰ, ਉੱਥੋਂ ਸਿੱਧਾ ਨਿਕਲ ਕੇ ਇੱਧਰ ਨੂੰ ਵਾਸ਼ਰੂਮ 'ਚ ਆਉਂਦੇ ਹਾਂ। ਮੈਂ ਕਿਹਾ ਹੋਰ ਨਾ ਅੜਕ ਜਾਵੇ ਕੋਈ ਰਾਤ ਨੂੰ। ਅਤੇ ਲਓ ਜੀ ਆਹ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਨੇ, ਦੱਸਿਓ ਕਿਵੇਂ ਲੱਗਦੇ ਨੇ। ਦੂਰੋਂ ਦਿਖਾਉਂਦੀਆਂ ਰਹੋ, ਉਹ ਢੋਲ ਢੂਲ ਚੱਕਿਆ ਜਾਣਾ ਜਾਣੂ, ਫਿਰ ਤਾਂ ਖੁੱਲ੍ਹਾ ਖੁੱਲ੍ਹਾ ਹੋ ਜੂਗਾ, ਫਲਵਾੜੀ ਜੀ ਵਧੀਆ ਹੋ ਗਈ। ਜੇ ਗੱਬੇ ਘਾਹ ਲੱਗ ਜਾਵੇ ਮੰਮੀ ਬਹੁਤ ਸੋਹਣਾ ਲੱਗੂ, ਪਰ ਘਾਹ ਜੀ ਦੇਖੋ ਉਹਦੇ ਜੜ੍ਹਾਂ ਨਹੀਂ ਜਾਂਦੀਆਂ। ਪਹਿਲਾਂ ਮੈਂ ਅੱਗੇ ਲਾਇਆ ਸੀ, ਫਿਰ ਸਰਦੀ 'ਚ ਮੈਨੂੰ ਹੁੰਦਾ ਇੱਥੇ ਪਾਲਕ ਮੇਥੇ ਲਾਉਣੇ ਹੁੰਦੇ ਨੇ, ਤਾਂ ਕਰਕੇ ਘਾਹ ਨਹੀਂ ਮੈਂ ਲਾਇਆ ਹੈਗਾ ਦੁਬਾਰਾ। ਇੱਕ ਵਾਰ ਲਾ ਕੇ ਪਛਤਾਈ, ਉਹ ਤਾਂ ਮੁੜ ਕੇ ਨਾ ਜੜੇ ਨਹੀਂ ਜਾਂਦੀ ਹੈਗੀ, ਫਿਰ ਹਰਾ ਹੋ ਜਾਇਆ ਕਰੇ। ਮੈਂ ਪੱਟ ਕੇ ਸਿੱਟਿਆ ਕਰਾਂ ਫਿਰ ਹਰਾ ਹੋ ਜਾਵੇ, ਤਾਂ ਕਰਕੇ ਉਹ ਨਹੀਂ ਲਾਉਣਾ। ਅਤੇ ਫੁੱਲ ਦੱਸਿਓ ਜੀ ਤੁਹਾਨੂੰ ਕਿਵੇਂ ਲੱਗੇ, ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ, ਹੈ ਨਾ, ਗਮਲੇ ਕਿਵੇਂ ਲੱਗੇ। ਅਤੇ ਕਿਹੜੇ ਫੁੱਲ ਦਾ ਕੀ ਨਾਂ ਉਹ ਮੈਨੂੰ ਕਿਸੇ ਦਾ ਨਹੀਂ ਪਤਾ ਹੈਗਾ, ਜੇ ਕਿਸੇ ਨੂੰ ਪਤਾ ਹੋਊਗਾ ਤਾਂ ਦੱਸਿਓ ਜ਼ਰੂਰ, ਹੈ ਨਾ, ਵੀ ਜਿਵੇਂ ਇਹਦਾ ਕੀ ਆ, ਉਹਦਾ ਕੀ ਆ, ਉਹਦਾ ਕੀ, ਮੈਨੂੰ ਕੋਈ ਪਤਾ ਨਹੀਂ ਹੈਗਾ। ਸੋਹਣੇ ਬਹੁਤ ਲੱਗਦੇ ਨੇ, ਪਰ ਅੱਜ ਤਾਂ ਨਵੇਂ ਨਵੇਂ ਹੋਰ ਵੀ ਸੋਹਣੇ ਲੱਗਦੇ ਨੇ। ਲਓ ਜੀ ਆਪਣਾ ਨਿੱਕਾ ਜਿਹਾ ਗਾਰਡਨ ਸਜਾ ਕੇ ਇੱਧਰ ਆ ਗਈ ਸੀਗੀ ਮੈਂ ਇਹ ਸਾਫ਼ ਕਰਨ ਜਗ੍ਹਾ, ਕਿਉਂਕਿ ਇੱਥੇ ਹੁਣ ਨਿੱਕੀ ਕੱਟੀ ਆਪਣੀ ਜਿੰਮੀ ਨਹੀਂ ਖੜਦੀ ਹੈਗੀ, ਉਹ ਆਪਣੀ ਮੱਝ ਵਾਲੀ ਜਗ੍ਹਾ 'ਤੇ ਆਪਾਂ ਬੰਨਤੀ, ਅਤੇ ਇੱਥੋਂ ਕਰ ਦਾਂਗੇ ਸਾਫ਼, ਕਿਉਂਕਿ ਆਹ ਜਿਹੜਾ ਤੇਲ ਵਾਲਾ ਢੋਲ ਆ ਇਹ ਰੱਖਣਾ ਇੱਥੇ ਆਪਾਂ। ਹੁਣ ਡੈਡੀ ਜੀ ਕਹਿੰਦੇ ਇੱਥੇ ਰੱਖਣਾ, ਮੈਂ ਕਿਹਾ ਚੱਲ ਸਾਫ਼ ਕਰ ਦਿੰਦੀ ਹਾਂ, ਥੋੜ੍ਹਾ ਧੋ ਦਿੰਦੀ ਹਾਂ ਨਹਾਉਣ ਤੋਂ ਪਹਿਲਾਂ ਇਹ ਵੀ। ਅਤੇ ਗਾਰਡਨ ਆਪਣਾ ਦੱਸਿਓ ਤੁਹਾਨੂੰ ਕਿਵੇਂ ਲੱਗਿਆ, ਨਿੱਕਾ ਜਿਹਾ ਫਾਈਨਲੀ ਹੋ ਗਿਆ ਸੀਗਾ ਤਿਆਰ ਘੱਟ ਪੈਸਿਆਂ 'ਚ,
ਅਤੇ ਬਜਟ 'ਚ ਆਪਣੀ ਬਜਟ ਕਰਕੇ ਆਪਾਂ ਦੇਖ ਕੇ ਫਿਰ ਲਏ ਸੀਗੇ ਗਮਲੇ। ਅਤੇ ਇੱਕ ਭੈਣ ਕੱਲ੍ਹ ਕਹਿੰਦੀ ਸੀ ਮੇਰਾ ਨਾਮ ਲਿਆ ਸ਼ਾਲੂ ਬਿਰਦੀ, ਥੈਂਕ ਯੂ ਸੋ ਮੱਚ ਦੀਦੀ ਜੀ। ਅਤੇ ਇੱਕ ਨੇ ਜੀ ਆਪਣੀ ਸਬਸਕ੍ਰਾਈਬਰ ਰਮਨਦੀਪ ਕੌਰ, ਉਹ ਹੱਸਦੇ ਸੀਗੇ ਕਹਿੰਦੇ ਤੁਸੀਂ ਹੁਣ ਸੋਫੇ ਨਹੀਂ ਕਿੰਨੇ ਦਿਨ ਹੋ ਗਏ ਹਿਲਾਏ ਦੀਦੀ, ਹੁਣ ਭੈਣੇ ਹਜੇ ਮੈਂ ਭੁੱਲੀ ਹੋਈ ਹਾਂ, ਮੈਨੂੰ ਭੁੱਲੀ ਰਹਿਣ ਦੇ, ਹਜੇ ਮੇਰਾ ਗਮਲਿਆਂ ਵੱਲ ਧਿਆਨ ਵੱਧ ਸੀਗਾ, ਉੱਧਰੋਂ ਹਟਿਆ ਹੋਇਆ ਸੀਗਾ ਸੋਫਿਆਂ ਵੱਲੋਂ, ਕਿਉਂਕਿ ਜੇ ਉੱਧਰ ਚੱਲਦਾ ਫਿਰ ਉੱਧਰ ਹੋ ਜਾਂਦਾ, ਹਜੇ ਫਿਲਹਾਲ ਲਈ ਉੱਧਰ ਮੈਂ ਟਿਕਾਇਆ ਹੋਇਆ ਮਨ ਵੀ ਉਹਨਾਂ ਨੂੰ ਹਿਲਾਉਣਾ ਨਹੀਂ ਹੈਗਾ ਹਜੇ, ਕਿਉਂਕਿ ਫਿਰ ਬਹੁਤ ਜ਼ਿਆਦਾ ਡਾਂਟ ਪੈਂਦੀ ਹੈ ਘਰੋਂ ਵੀ। ਅਤੇ ਮੇਰੇ ਕਈ ਸਬਸਕ੍ਰਾਈਬਰ ਵੀ ਕਹਿੰਦੇ ਨੇ ਵੀ ਹਿਲਾਈ ਹੋ ਜਾਂਦੇ ਹੋ ਦੀਦੀ ਤੁਸੀਂ ਸੋਫੇ। ਅਤੇ ਲਓ ਜੀ ਵੀਡੀਓ ਤਾਂ ਹੁਣ ਆਪਾਂ ਕਰਦੇ ਹਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ, ਆਪਣਾ ਸਾਥ ਅਤੇ ਸਪੋਰਟ ਪਲੀਜ਼ ਪਲੀਜ਼ ਇੱਦਾਂ ਹੀ ਬਣਾ ਕੇ ਰੱਖਿਓ, ਆਪਣਾ ਪਿਆਰ ਇੱਦਾਂ ਹੀ ਦਿੰਦੇ ਰਹੋ, ਜ਼ਿਆਦਾ ਤੋਂ ਜ਼ਿਆਦਾ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਿਆ ਕਰੋ। ਮਿਲਦੇ ਹਾਂ ਜੀ ਕੋਈ ਨਵੀਂ ਵੀਡੀਓ 'ਚ, ਓਕੇ।